ਤੇ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਸਾਰੇ ਦਰਸ਼ਕਾਂ ਦਾ ਔਰ ਵਿਚਾਰ ਵਟਾਂਦਰਾ ਅੱਜ ਅਸੀਂ ਕਰ ਰਹੇ ਹਾਂ ਮੁੱਦੇ ਦੇ ਵਿੱਚ ਸਵਾਲ ਜਿਹੜੇ ਨੇ ਰੱਖੇ ਹੋਏ ਨੇ ਔਰ ਇਸ ਮੁਤਲਕ ਚਾਹੁੰਦੇ ਹਾਂ ਕਿ ਤੁਸੀਂ ਵੀ ਇਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ। ਨਾਰਥ ਅਮਰੀਕਾ ਵਿੱਚ ਡਰੱਗ ਦੀ ਦੁਰਵਰਤੋਂ ਕਿਵੇਂ ਰੋਕੀ ਜਾਣੀ ਚਾਹੀਦੀ ਹੈ, ਪੰਜਾਬ ਨੂੰ ਦੁਨੀਆ ਭਰ ਵਿੱਚ ਨਸ਼ਿਆਂ ਦਾ ਰਾਜ ਕਿਉਂ ਮੰਨਿਆ ਜਾਂਦਾ, ਨਾਰਥ ਅਮਰੀਕਾ ਵਿੱਚ ਨਸ਼ਿਆਂ ਕਾਰਨ ਨੌਜਵਾਨਾਂ ਦੇ ਕੀ ਹਾਲਾਤ ਬਣੇ ਹੋਏ ਨੇ, ਇਸ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਹਾਂ ਅਤੇ ਬਾਕੀ ਵਿਕਸਿਤ ਦੇਸ਼ਾਂ ਅਤੇ ਵੱਡੇ ਸ਼ਹਿਰਾਂ ਬਾਰੇ ਕੀ ਵਿਚਾਰ ਨੇ ਕਿ ਇਹ ਪੂਰੀ ਤਰ੍ਹਾਂ ਨਸ਼ਾ ਮੁਕਤ ਹਨ, ਇੰਨੇ ਜ਼ਿਆਦਾ ਗਿਣਤੀ ਵਿੱਚ ਸਿੱਖਾਂ ਅਤੇ ਪੰਜਾਬੀਆਂ ਵੱਲੋਂ ਪਦਾਰਥਾਂ ਦਾ ਪ੍ਰਯੋਗ ਕਿਉਂ ਕੀਤਾ ਜਾਂਦਾ। ਜੇਕਰ ਮੈਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਗੱਲ ਕੀਤੀ ਸੀਗੀ ਜੀ ਕੈਨੇਡਾ ਦੀ, ਜਿੱਥੇ ਰਿਪੋਰਟਾਂ ਆਈਆਂ ਸੀਗੀਆਂ ਸਾਹਮਣੇ, ਉਸ ਟਾਈਮ ਇਸ ਰਿਪੋਰਟ ਸਾਹਮਣੇ ਆਈ ਸੀਗੀ ਕਿ ਜਿਹੜੇ ਉੱਥੇ ਪੰਜਾਬੀ ਨੌਜਵਾਨ ਨੇ ਹੁੜਦੰਗ ਕਰਦੇ ਹੋਏ ਪਾਏ ਗਏ ਔਰ ਮਾਰ ਕੁਟਾਈ ਕਰਦੇ ਹੋਏ ਪਾਏ ਗਏ, ਅਤੇ ਲੇਕਿਨ ਕਿਤੇ ਨਾ ਕਿਤੇ ਜਿਹੜੇ ਉੱਥੇ ਦੇ ਪਾਰਲੀਮੈਂਟ ਤੋਂ ਜਿਹੜੇ ਮੈਂਬਰ ਆਫ ਪਾਰਲੀਮੈਂਟ ਸੀਗੇ ਉਹਨਾਂ ਨੂੰ ਵਿੱਚ ਪੈਣਾ ਪਿਆ, ਉਹਨਾਂ ਨੇ ਵੀ ਆਪਣੇ ਬਿਆਨ ਦਿੱਤੇ ਇਸ ਮੁਤਲਕ। ਜੇਕਰ ਮੈਂ ਹੁਣ ਗੱਲ ਕਰਾਂ ਇੰਟਰਨੈਸ਼ਨਲ ਸਟੂਡੈਂਟਸ ਦੀ, ਉਹਨਾਂ ਦੇ ਕੀ ਹਾਲਾਤ ਬਣੇ ਹੋਏ ਨੇ ਕੈਨੇਡਾ ਦੇ ਵਿੱਚ, ਅਤੇ ਮੇਰੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ ਬ੍ਰੈਂਪਟਨ ਤੋਂ ਇੰਟਰਨੈਸ਼ਨਲ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਅਤੇ ਇੰਸ਼ੋਰੈਂਸ ਦੇ ਮਾਹਿਰ ਨੇ ਮਨਮੋਹਨ ਵਾਲੀਆ। ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਸ ਮੁਤਲਕ ਉਹ ਕੀ ਕਹਿਣਾ ਚਾਹੁੰਦੇ ਨੇ। ਮਨਮੋਹਨ ਜੀ, ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ। ਹਰਕੀਰਤ ਜੀ, ਤੁਹਾਨੂੰ ਤੇ ਤੁਹਾਡੇ ਸਾਰੇ ਵੇਖਣ ਵਾਲੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਨਮੋਹਨ ਜੀ। ਮਨਮੋਹਨ ਜੀ, ਤੁਸੀਂ ਮੈਨੂੰ ਸੁਣ ਪਾ ਰਹੇ ਹੋ? ਹਾਂਜੀ ਹਾਂਜੀ। ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਇਹ ਸਵਾਲ, ਤੁਹਾਨੂੰ ਪਤਾ ਹੀ ਹੋਵੇਗਾ ਜਿਸ ਮੁਤਲਕ ਅੱਜ ਅਸੀਂ ਮੁੱਦਾ ਕਰ ਰਹੇ ਹਾਂ। ਕੈਨੇਡਾ ਦੀ ਜੇਕਰ ਗੱਲ ਕਰੀਏ ਇੰਟਰਨੈਸ਼ਨਲ ਸਟੂਡੈਂਟਸ ਦੀ ਜਾਂ ਉੱਥੇ ਦੇ ਸਟੂਡੈਂਟਸ ਦੀ ਜਾਂ ਉੱਥੇ ਦੇ ਯੂਥ ਦੀ, ਕੀ ਹਾਲਾਤ ਬਣੇ ਹੋਏ ਨੇ? ਕਿਰਤ ਜੀ, ਤੁਸੀਂ ਅੱਜ ਦਾ ਜਿਹੜਾ ਮੁੱਦਾ ਲਿਆ ਨਾ ਜੀ, ਬਹੁਤ ਹੀ ਵਾਕਈ ਇਹ ਨੀਡ ਆਫ ਦੀ ਆ ਰਿਹਾ, ਬੜਾ ਹੀ ਇੰਪੋਰਟੈਂਟ ਇੰਪੋਰਟੈਂਟ ਮੁੱਦਾ ਹੈਗਾ ਜੀ। ਦੇਖੋ, ਤੁਸੀਂ ਗੱਲ ਕਰ ਰਹੇ ਸੀ ਪੰਜਾਬ ਦੀ ਵਿੱਚ, ਕਿਉਂਕਿ ਅਸੀਂ ਬੇਸਿਕਲੀ ਅਸੀਂ ਪੰਜਾਬੀ ਹਾਂ ਤੇ ਅਸੀਂ ਕੰਸਰਨ ਜਿਹੜੇ ਹੈਗੇ ਆ ਸਾਡੇ, ਉਹ ਸਾਡਾ ਜਿਹੜਾ ਪਿਛੋਕੜ ਆ ਸਾਰਾ ਪੰਜਾਬ ਦੇ ਨਾਲ ਰੈਲੇਵੈਂਟ ਆ। ਸੋ ਜੇਕਰ ਭੁੱਖੇ ਨੂੰ ਪੁੱਛੋ ਨਾ, ਦੋ ਦੇ ਦੋ ਚਾਰ, ਉਹ ਚਾਰ ਰੋਟੀਆਂ ਕਹਿੰਦਾ ਜੀ ਨਾਲ ਜੀ। ਤੇ ਇਸ ਕਰਕੇ ਅਸੀਂ ਪੰਜਾਬ ਨੂੰ ਟੱਚ ਕੀਤੇ ਬਗੈਰ ਰਹਿ ਨਹੀਂ ਸਕਦੇ ਜੀ। ਪਰ ਜੋ ਤੁਸੀਂ ਅੱਜ ਟੌਪਿਕ ਲਿਆ ਨਾ ਜੀ, ਉਹ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਜੀ। ਅੱਜ ਪੰਜਾਬ ਦੇ ਵਿੱਚ ਇੱਕ ਹੋੜ ਲੱਗੀ ਹੋਈ ਆ ਜੀ। ਕੋਈ ਘਰ ਐਸਾ ਨਹੀਂ ਹੈਗਾ ਜਿਹੜਾ ਕੈਨੇਡਾ ਵੱਲ ਨੂੰ ਮੂੰਹ ਕਰਕੇ ਨਹੀਂ ਦੇਖ ਰਿਹਾ ਜੀ। ਅੱਜ ਪੰਜਾਬ ਦੇ ਵਿੱਚੋਂ ਉਹ ਬੇਸ਼ੱਕ ਮੋੜ ਪੜ੍ਹਾਈ ਦਾ ਲੈਂਦੇ ਆ, ਪਰ ਅਲਟੀਮੇਟ ਗੋਲ ਪੜ੍ਹਾਈ ਕਰਕੇ ਮੁੜਨ ਦਾ ਨਹੀਂ ਹੁੰਦਾ, ਕੈਨੇਡਾ 'ਚ ਸੈਟਲ ਹੋਣਾ ਹੁੰਦਾ ਜੀ। ਮੈਜੋਰਿਟੀ ਲੋਕੀ, ਕਿਉਂਕਿ ਇੱਥੇ ਸਰਦਾਰ ਜਾਂ ਪੰਜਾਬੀ ਆਪਣੇ ਆ ਕੇ ਬੈਠੇ ਹੋਏ ਆ, ਤੇ ਇਸ ਕਰਕੇ ਅਸੀਂ ਕੰਸਰਨ ਉਹਨਾਂ ਨਾਲ ਬਹੁਤ ਜ਼ਿਆਦਾ ਹੈਗੇ ਆ ਜੀ, ਕੰਸਰਨ ਜੀ। ਅੱਜ ਕਿਉਂਕਿ ਉਹਨਾਂ ਲੋਕਾਂ ਨੇ ਜਦੋਂ ਪੰਜਾਬ ਦੇ ਵਿੱਚ ਉਹਨਾਂ ਦੇ ਰਗਾਂ ਦੇ ਵਿੱਚ ਉਹਨਾਂ ਦੀ ਜਾਣਕਾਰੀ 'ਚ ਸਭ ਦੇ ਵਿੱਚ ਇੱਕ ਨਸ਼ਾ ਚਿੱਟੇ ਨੇ ਐਸਾ ਘਰ ਕੀਤਾ ਹੋਇਆ, ਉਸ ਮਾਹੌਲ 'ਚ ਉੱਠ ਕੇ ਆਏ ਨੇ। ਔਰ ਇੱਥੇ ਆ ਕੇ ਕੀ ਦੇਖਿਆ, ਉੱਥੇ ਤਾਂ ਫਿਰ ਕੋਈ ਮਾਂ ਦੀ, ਪਿਓ ਦੀ, ਕੋਈ ਪਿੰਡ ਦੀ ਕੋਈ ਸ਼ਰਮ ਹੋਏਗੀ। ਇੱਥੇ ਉਹਨਾਂ ਨੂੰ ਕੋਈ ਰੋਕ ਨਹੀਂ, ਟੋਕ ਨਹੀਂ, ਉਹ ਡਰ ਨਹੀਂ ਹੈਗਾ, ਕੋਈ ਡਰ ਨਹੀਂ ਹੈਗਾ ਉਹਨਾਂ ਨੂੰ। ਔਰ ਹਰ ਚੀਜ਼ ਉੱਥੇ ਤਾਂ ਫਿਰ ਕਿਸੇ ਨੂੰ ਲੱਭਣਾ ਪਊਗਾ, ਇੱਥੇ ਤਾਂ ਆਮ ਦੁਕਾਨ ਦੇ ਉੱਤੇ ਜਾ ਕੇ ਤੁਸੀਂ ਨਸ਼ਾ ਲੈ ਸਕਦੇ ਹੋ ਜੀ। ਪਰ ਅਸੀਂ ਜੇਕਰ ਅਸੀਂ ਸਾਰਾ ਕਸੂਰ ਗੌਰਮੈਂਟ ਦਾ ਕਰੀਏ ਜਾਂ ਨਾ ਕਰੀਏ, ਅਸੀਂ ਗੌਰਮੈਂਟ ਦੀ ਪਾਲਿਸੀ ਨਹੀਂ ਚੇਂਜ ਕਰ ਸਕਦੇ ਜੀ। ਦੇਖੋ, ਸਾਡਾ ਕਲਚਰ ਜਿਹੜਾ ਹੈ ਨਾ, ਉਹ ਇਹਨਾਂ ਦਾ ਮੇਲ ਨਹੀਂ ਖਾਂਦਾ ਜੀ। ਅਸੀਂ ਪੰਜਾਬੀ ਕਲਚਰ, ਅਸੀਂ ਜਿਉਂ ਬੱਚਾ ਜੰਮਦਾ ਉਹਦੀ ਪਰਵਾਹ ਕਰਨੀ ਸ਼ੁਰੂ ਕਰ ਦਿੰਦੇ ਹਾਂ, ਪਰ ਜਿਹੜਾ ਇੱਥੇ ਦਾ ਗੋਰਾ ਕਲਚਰ ਜਾਂ ਦੂਸਰਾ ਹੈਗਾ, ਉਹਨਾਂ ਦਾ ਉਹਨਾਂ ਨੂੰ ਕੋਈ ਦਿਮਾਗ ਤੇ ਬੋਝ ਨਹੀਂ, ਉਹ ਰਿਲੈਕਸ ਕਰਨਾ ਚਾਹੁੰਦੇ, ਇੰਜੋਏ ਕਰਨਾ ਚਾਹੁੰਦੇ, ਨਸ਼ੇ ਕਰਨਾ ਚਾਹੁੰਦੇ ਆ, ਅਸੀਂ ਉਹਨਾਂ ਦੀ ਰੀਚ ਨਹੀਂ ਕਰ ਸਕਦੇ ਜੀ। ਪਰ ਵੀ ਆਰ ਰੀਲੀ ਰੀਲੀ ਕੰਸਰਨਡ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਅਸੀਂ ਬੜੇ ਹੱਕ ਨਾਲ ਕਹਿੰਦੇ ਸੀ, ਬੜੇ ਜ਼ੋਰ ਨਾਲ ਕਹਿੰਦੇ ਸੀ ਕਿ ਕੈਨੇਡਾ ਦੇ ਵਿੱਚ ਬੜੀ ਪੀਸਫੁਲ ਲਾਈਫ ਹੈ ਜੀ, ਬਹੁਤ ਸਿਰ ਚੁੱਕ ਕੇ ਸਰਦਾਰ ਜੀ ਰਹੇ ਹਾਂ ਅਸੀਂ ਬੜੇ। ਪਰ ਕੁਛ ਪੰਜਾਬੀ ਮੁੰਡਿਆਂ ਨੇ ਜਿਹੜੇ ਪੜ੍ਹਾਈ ਦੇ ਬੇਸ ਦੇ ਉੱਤੇ ਆਏ ਨੇ, ਉਹਨਾਂ ਨੇ ਆ ਕੇ ਇਹ ਨਸ਼ੇ ਜੇਕਰ ਇੰਨੇ ਕੁਛ ਸੇਵਨ ਦਾ ਕਰਨਾ ਸ਼ੁਰੂ ਕਰ ਦਿੱਤਾ ਜੀ। ਔਰ ਸਿਰਫ ਸੇਵਨ ਕਰਦੇ, ਅੰਦਰ ਬੈਠ ਕੇ ਤਾਂ ਕੋਈ ਸ਼ਾਇਦ ਪਤਾ ਵੀ ਨਾ ਲੱਗਦਾ, ਸੜਕਾਂ ਤੇ ਆ ਗਏ ਨੇ ਜੀ। ਸੜਕਾਂ ਤੇ ਆ ਕੇ ਇੰਨੀਆਂ ਬਹਿਉਦਗੀਆਂ, ਇੰਨੀਆਂ ਗਲਤ ਹਰਕਤਾਂ ਕਰਦੇ ਨੇ, ਰੋਜ਼ ਛੁਰੇਬਾਜ਼ੀ ਹੋ ਰਹੀ ਆ, ਰੋਜ਼ ਲੜਾਈਆਂ ਝਗੜੇ ਹੋ ਰਹੇ ਨੇ ਜੀ। ਅੱਜ ਪਤਾ, ਸੱਚ ਮੰਨੋ, ਅੱਜ ਸ਼ਾਮ ਨੂੰ ਬਾਹਰ ਨਿਕਲ ਜਾ, ਡਰ ਲੱਗਣ ਲੱਗ ਪਿਆ, ਪਤਾ ਨੀ ਕਿੱਥੇ ਕੀ ਹੋ ਜਾਏ। ਰੋਜ਼ ਖਬਰਾਂ ਆ ਰਹੀਆਂ, ਟੀਵੀ ਅਖਬਾਰਾਂ ਭਰੀਆਂ ਪਈਆਂ, ਸਾਨੂੰ ਆਪਣੀ ਕੋਈ ਚਾਹ ਨੀ ਆ ਰਿਹਾ ਕਿ ਅਸੀਂ ਆਪਣੀ ਕਮਿਊਨਿਟੀ ਦੀ ਕੋਈ ਨਿੰਦਿਆ ਕਰੀਏ। ਪਰ ਸਿੰਸ ਵੀ ਆਰ ਰੀਲੀ ਰੀਲੀ ਕੰਸਰਨਡ ਅਬਾਊਟ ਦੈਟ, ਇਸ ਕਰਕੇ ਸਾਨੂੰ ਉਹਨਾਂ ਦੀ ਗੱਲ ਜ਼ਰੂਰ ਕਰਨੀ ਪੈਂਦੀ ਆ ਜੀ। ਔਰ ਮੈਂ ਤੁਹਾਡੀ ਗੱਲ ਬੜੀ ਧਿਆਨ ਨਾਲ ਸੁਣ ਰਿਹਾ ਸੀਗਾ ਜੀ,
अज की तरीक बहुत सख्त जरूरत है जी, बहुत सख्त जरूरत है इन्हों नथ पाई जाए, इन्हों कंट्रोल किया जाए जी। जे असी सोचिए कि कनेडा का कोई इतने कोई आके कोई कनेडियन कोई बंदा इन्हों आके कुछ समझाने लग पेगा गोरी कम्युनिटी का, नॉट पॉसिबल, क्योंकि साड़ी कम्युनिटी आ, साडे भावे वह धार्मिक संस्था आ, भावे वह कोई अदरवाइज एनजीओ हैगी आ, लोड़ अज यह आ कि बजाए दे कि आसे पासे होर गुरमत सभा का जेडे गुरमत कैंप लगते हैं बहुत वधिया तरीका जी, सिक्खी नाल जोड़न का बच्चों बहुत वधिया तरीका हैगा। सिमिलरली अज लोड़ हैगी आ कि इदां दे कैंप लाए जाण, उन्हां बच्चों नूं रहनुमाई दी जाए, वो वाकई उन्होंने वो जिहड़े मिसगाइड हो रहे हैं जिहड़ी अपनी जो भी अज के तरीक उन्होंने को भावे मां प्यो को जबरदस्ती पैसे लै रहे हैं, बेशक वो पहला पैसे लैके आए हैं या इतने इतने पैसे कमाने सौखे नहीं है, जेकर यह सोचा जाए कि इतने पैसे कमा के नशे करे तो नहीं होंगे इस तरह। मनमोहन जी, व्हाट डू यू थिंक, व्हाट कैन बी अ कंक्लूजन? कंक्लूजन यदा सिर्फ और सिर्फ यह है कि अज जिम्मेवारी के नाल साडे कम्युनिटी के लोगों को अगे आना चाहिए, उन्हों बच्चों अपने बच्चों वांगू ट्रीट करना चाहिए, सारियां दे विच अजे नहीं फैलिया, पर जेकर इहनूं हुण रोकिया ना गया तां इहदियां इहदे कॉन्सीक्वेंसिस बहुत माड़े निकलणगे जी। जी बहुत बहुत धन्यवाद मनमोहन जी, अपना वैल्यूएबल फीडबैक सानू देने दे लई। थैंक यू हरकीरत जी, तुसीं मैनूं मौका दित्ता, सारिआं नूं प्यार भरी सति श्री अकाल। सति श्री अकाल मनमोहन जी। ते इह सीगे ब्रैम्पटन तों मनमोहन जी, जिन्हां ने कैनेडा दे पंजाबियां दे नौजवानां दे हालात दस्से हन। ते हुण समय जी एक निक्के जे वक्फे दा, मैं सिर्फ एक निक्के जे वक्फे ले रुक रहा, तद तक तुसीं भी पानी पी लो, पानी दा घुट भर लो, मैं भी भर लैना, और ब्रेक तो बाद मैं लवांगा एक अपने होर रिप्रेजेंटेटिव ने, वो दसणगे कि किस तरीके नाल इस ते असी शिकंजा जिहड़ा कस सकते हैं और किस तरीके का निपटारा हो सकता है इस ब्रेक तो बाद।